ਡਾਕਟਰ ਜੌਨਸਨ ਨੇ ਵੱਡੇ ਮਹਾਰਾਜ ਜੀ ਦੇ ਦੌਰਿਆਂ ਅਤੇ ਦੂਸਰੀਆਂ ਗਤੀਵਿਧੀਆਂ ਦਾ ਇਹਨਾਂ ਸ਼ਬਦਾਂ ਵਿੱਚ ਵਰਣਨ ਕੀਤਾ ਹੈ। ਪਿਆਰੇ ਸਤਿਗੁਰੂ ਉੱਤੇ ਲੰਮੇ ਦਬਾਅ ਅਤੇ ਲਗਾਤਾਰ ਸਖ਼ਤ ਮਿਹਨਤ ਦਾ ਅਸਰ ਦਿਖਾਈ ਦੇ ਰਿਹਾ ਹੈ। ਆਪ ਨੂੰ ਨਾ ਦਿਨੇ ਆਰਾਮ ਲਈ ਵਕਤ ਮਿਲਦਾ ਹੈ ਨਾ ਰਾਤ ਨੂੰ। ਅਸੀਂ ਬੇਨਤੀ ਕੀਤੀ ਕਿ ਤੁਸੀਂ ਆਪਣੀ ਸਿਹਤ ਵੱਲ ਤਾਂ ਧਿਆਨ ਦਿਓ। ਉਹਨਾਂ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, ਚਲੋ ਦੇਖਿਆ ਜਾਵੇਗਾ। ਜਦੋਂ ਅਸੀਂ ਹਜ਼ੂਰ ਨੂੰ ਕਿਹਾ ਕਿ ਅੱਜ ਤੋਂ ਹਜ਼ਾਰ ਸਾਲ ਬਾਅਦ ਵੀ ਇੱਥੇ ਕਾਫ਼ੀ ਕੰਮ ਬਾਕੀ ਹੋਵੇਗਾ ਤਾਂ ਆਪ ਨੇ ਹੱਸ ਕੇ ਜਵਾਬ ਦਿੱਤਾ, ਹਾਂ ਜ਼ਰੂਰ ਹੋਵੇਗਾ। ਇੱਕ ਵਾਰ ਜਦੋਂ ਵੱਡੇ ਮਹਾਰਾਜ ਜੀ ਦੀ ਤਬੀਅਤ ਠੀਕ ਨਹੀਂ ਸੀ, ਆਪ ਦੇ ਸਤਸੰਗੀਆਂ ਨੇ ਬੇਨਤੀ ਕੀਤੀ ਕਿ ਤੁਸੀਂ ਘਰ ਵਿੱਚ ਆਰਾਮ ਕਰੋ ਅਤੇ ਸਤਸੰਗ ਲਈ ਨਾ ਜਾਵੋ। ਆਪ ਨੇ ਜਵਾਬ ਦਿੱਤਾ, ਇਸ ਦੇਹ ਤੋਂ ਜਿੰਨਾ ਕੰਮ ਲੈ ਲਿਆ ਜਾਵੇ ਚੰਗਾ ਹੈ, ਇੱਕ ਦਿਨ ਇਹਨੂੰ ਅੱਗ ਦੇ ਹਵਾਲੇ ਹੀ ਕਰਨਾ ਹੈ। ਸਤਸੰਗ ਫਰਮਾਉਂਦੇ ਸਮੇਂ ਮਹਾਰਾਜ ਜੀ ਦੇ ਚਿਹਰੇ ਉੱਤੇ ਅਜਿਹਾ ਜਲਾਲ ਸੀ ਅਤੇ ਆਪ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਕਿਸੇ ਨੂੰ ਸ਼ੱਕ ਨਹੀਂ ਹੋਇਆ ਕਿ ਆਪ ਦੀ ਤਬੀਅਤ ਠੀਕ ਨਹੀਂ ਹੈ।